ਸ਼੍ਰੀ ਹੇਮਕੁੰਡ ਸਾਹਿਬ ਵਿਖੇ ਨਤਮਸਤਕ ਹੋਣ ਲਈ ਹਰ ਸਾਲ ਜਿੱਥੇ ਲੱਖਾਂ ਦੀ ਤਾਦਾਦ 'ਚ ਦੇਸ਼ ਵਿਦੇਸ਼ ਤੋਂ ਸੰਗਤ ਪਹੁੰਚਦੀ ਹੈ, ਉੱਥੇ ਹੀ ਇਸ ਯਾਤਰਾ ਦੇ ਸ਼ੁਰੂ ਹੋਣ ਨਾਲ ਉੱਤਰਾਖੰਡ ਨੂੰ ਖਾਸ ਕਰਕੇ ਆਰਥਿਕ ਪੱਖ ਤੋਂ ਵੀ ਵੱਡਾ ਹੁਲਾਰਾ ਮਿਲਦਾ ਹੈ, ਜਿਸ ਦੇ ਚਲਦਿਆਂ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ 350 ਤੋਂ 400 ਕਿਲੋਮੀਟਰ ਦੀ ਦੂਰੀ ਪੈਦਲ ਤੈਅ ਕਰਕੇ ਖੱਚਰ ਵਾਲੇ ਪਹੁੰਚਦੇ ਹਨ, ਜੋ ਬੜੀ ਬੇਸਬਰੀ ਨਾਲ ਇਸ ਯਾਤਰਾ ਦਾ ਇੰਤਜ਼ਾਰ ਕਰਦੇ ਹਨ। ਇਸ ਸੰਬੰਧੀ ਨਜ਼ੀਬਾਬਾਦ ਜ਼ਿਲ੍ਹਾ ਬਜਨੌਰ ਤੋਂ ਆਪਣੇ ਖੱਚਰ ਲੈ ਕੇ ਕਰੀਬ 350 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਪੈਦਲ ਪਹੁੰਚੇ ਰੋਹਤਾਸ਼ ਸਿੰਘ ਪ੍ਰਜਾਪਤੀ, ਚਰਨ ਸਿੰਘ ਅਤੇ ਜ਼ਾਕਿਰ ਹੁਸੈਨ ਨੇ ਦੱਸਿਆ ਕਿ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਜੋ ਕਰੀਬ 4 ਮਹੀਨੇ ਤੱਕ ਚੱਲਦੀ ਹੈ, ਉਹਨਾਂ ਨੂੰ ਇਸਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ, ਕਿਉਂਕਿ ਇਸ ਸੀਜ਼ਨ ਤੋਂ ਉਹਨਾਂ ਨੂੰ ਚੰਗੀ ਰਾਸ਼ੀ ਕਮਾਉਣ ਦੀ ਉਮੀਦ ਹੁੰਦੀ ਹੈ। ਨਜੀਬਾ ਸੇ ਆਏ ਹੈਂ ਜਿਸ ਚੀਜ਼ ਦੀ ਨੋਰ ਸੇ ਜੀ 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 ਔਰ ਗੋਬਿੰਦ ਘਾਟ ਜਾ ਰਹੇ ਹੈਂ ਜੀ ਕਿਤਨੀ ਦੂਰ ਕਿਤਨਾ ਸਫ਼ਰ ਜੇ ਪਾ ਇਹ ਅਸੀਂ ਇਸ 350-400 ਕਿਲੋਮੀਟਰ ਦੀ ਦੂਰੀ ਪੈ ਜੀ ਜੀ ਤੂੰ ਫਿਰ ਕਿਤਨੀ ਦੇਰ ਰਹੋਗੇ ਉਧਰ ਵਾਂ ਦੋ ਮਹੀਨੇ ਕਾਟਦੇ ਹੈਂ ਤੀਨ ਮਹੀਨੇ ਕਾਟਦੇ ਹੈਂ ਜੀ ਜੈਸੇ ਯਾਤਰਾ ਚਲਤੀ ਰਹਤੀ ਹੈ ਵੈਸੇ ਹੀ ਉਹ ਟਿਕਤੇ ਹੈਂ ਵਾਂ ਕਿਤਨੇ ਖੱਚਰ ਹੈਂ ਆਪਕੇ ਪਾਸ ਬਸ ਹਮਾਰੇ ਪਾਸ ਤੋ ਯੇ ਇਸ ਟਾਈਮ 12 ਹੈਂ ਕਿਤਨੇ ਜਾਣੇ ਆਪ ਆਏ ਹੋ ਇਨਕੇ ਸਾਥ ਮੇਂ ਤੋ ਰਹੇਂਗੇ ਕਈ ਸਾਰੇ ਬੰਦੇ ਜੀ ਤੋ ਜੋ ਸੀਜ਼ਨ ਹੋਤਾ ਹੈ ਜੀ ਕਿਤਨਾ ਫਾਇਦਾ ਹੋਤਾ ਹੈ ਆਪਕੋ ਫਾਇਦਾ ਕਿਆ ਹੈ ਅਬ ਐਸਾ ਵੀ ਹੋਤਾ ਹੈ ਕਿ ਕੋਈ ਅਗਰ ਜੇ ਗਿਰ ਗਿਰਾ ਕੇ ਯਾ ਮਤਲਬ ਪੇਟ ਦਰਦ ਮੇਂ ਮਰ ਜਾਤੀ ਹੈ ਤੋ ਸਾਰਾ ਕਰਾ ਧਰਾ ਯਹੀਂ ਮਿਟ ਜਾਤਾ ਹੈ ਜੀ ਅਬ ਉਸਮੇਂ ਕੁਝ ਹਮੇ ਕਿਆ ਲਾਭ ਹੋਤਾ ਹੈ ਵੋ ਯੇ ਹੈ ਕਿ ਬਚ ਗਈ ਤੋ ਸਹੀ ਸਲਾਮਤ ਚਲੇ ਗਏ ਵਾਪਿਸ ਤੋ ਯੇ ਹੈ ਕਿ ਆਪਣਾ ਰੋਜ਼ੀ ਰੋਟੀ ਬਚ ਜਾਤੀ ਹੈ ਯੇ ਸੀਜ਼ਨ ਕਾ ਹਿਸਾਬ ਬਰਸਾਤ ਕਾ ਯੇ ਹੋਤਾ ਹੈ ਬਾਕੀ ਹੋਤਾ ਹੈ ਯਹਾਂ ਤੋ ਯਹਾਂ ਆਤੇ ਆਤੇ ਤੋ 20 ਸਾਲ ਹੋ ਗਏ ਗੋਬਿੰਦ ਘਾਟ ਜਾ ਰਹੇ ਹੈ 350 ਕਿਲੋਮੀਟਰ ਸੇ ਚਲ ਕੇ ਆਏ ਨਜੀਬਾ ਵਾਸ ਜਿਸ ਸੀਜ਼ਨ ਕੇ ਪਿੱਛੇ ਆਪਣਾ ਦੋ ਰੋਟੀ ਕਮਾਉਣ ਕੇ ਲਈ ਜਾਤੇ ਹੈ ਠੀਕ ਹੈ ਜੀ ਹਰ ਰੋਜ਼ ਕਿਤਨੇ ਕਿਲੋਮੀਟਰ ਚਲ ਜਾਤੇ ਹੋ ਰੋਜ਼ 50-60 ਕਿਲੋਮੀਟਰ ਚਲਤੇ ਕਈ 50 ਕਭੀ 60 ਚਲਤੇ ਹੈ ਗਰਮ ਹੋਤਾ ਹੈ ਤੋ 50 ਕਿਲੋਮੀਟਰ ਚਲ ਜਾਤੇ ਹੈ ਔਰ ਠੰਡਾ ਹੋਤਾ ਤੋ 60 ਕਿਲੋਮੀਟਰ ਚਲ ਜਾਤੇ ਹੈ ਇੱਕ ਦਿਨ ਕਾ ਇਸ ਹਿਸਾਬ ਸੇ ਆਪਣਾ ਹੋਤਾ ਕਿਤਨੇ ਦਿਨ ਮੇਂ ਪਹੁੰਚਤੇ ਹੋ ਵਾਂ ਸੇ ਲੈ ਕੇ ਯਹਾਂ ਤੱਕ ਯੇ ਸਾਹਿਬ ਜੀ 8 ਦਿਨ ਲੱਗ ਜਾਤੇ 350 ਕਿਲੋਮੀਟਰ